ਇਸ ਵਕਤ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਬਰੀਵਾਲਾ ਵਿਖੇ ਹਾਂ। ਥਾਣਾ ਬਰੀਵਾਲਾ ਅਧੀਨ ਪੈਂਦੇ ਪਿੰਡ ਮਰਾੜ ਕਲਾਂ ਤੋਂ ਖਾਰੇ ਨੂੰ ਜਾਂਦੀ ਇੱਕ ਰੋਡ ਦੇ ਉੱਤੇ ਅੱਜ ਸਵੇਰੇ ਇੱਕ ਵਾਰਦਾਤ ਹੁੰਦੀ ਹੈ, ਜਿਸ ਵਿੱਚ ਇੱਕ ਸ਼ਖਸ ਦੀ ਜਿਹੜੀ ਆ ਉਹ ਮੌਤ ਹੁੰਦੀ ਆ। ਦੱਸ ਦਈਏ ਕਿ ਪਿਓ ਪੁੱਤ ਦੋਵੇਂ ਜੋ ਪਿੰਡ ਬਾਜਾ ਮਰਾੜ ਨਾਲ ਸੰਬੰਧਿਤ ਸਨ, ਦਵਾਈ ਦੇਣ ਦੇ ਲਈ ਜਾ ਰਹੇ ਸਨ ਕਿ ਇਸ ਦੌਰਾਨ ਜਿਹੜੀ ਆ ਵਾਰਦਾਤ ਹੁੰਦੀ ਹੈ। ਦੱਸਿਆ ਜਾ ਰਿਹਾ ਕਿ ਲੁੱਟਖੋ ਦੀ ਨੀਅਤ ਦੇ ਨਾਲ ਇਹ ਵਾਰਦਾਤ ਜਿਹੜੀ ਆ ਉਹ ਕੀਤੀ ਜਾਂਦੀ ਆ, ਔਰ ਜੋ ਉੱਥੋਂ ਦੇ ਲੋਕ ਦੱਸਦੇ ਨੇ ਜਾਂ ਜੋ ਪਰਿਵਾਰਕ ਮੈਂਬਰਾਂ ਦਾ ਕਹਿਣਾ, ਫਿਰ ਫਿਲਹਾਲ ਅਸੀਂ ਦੱਸ ਦਈਏ ਕਿ ਕੋਈ ਪਰਿਵਾਰਕ ਮੈਂਬਰ ਜਾਂ ਪੁਲਿਸ ਕਰਮਚਾਰੀ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਅਜੇ ਅੱਗੇ ਆ ਕੇ ਬਿਆਨ ਨਹੀਂ ਦੇ ਰਿਹਾ, ਪਰ ਦੱਸ ਦਈਏ ਕਿ ਉਦੋਂ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਲੁੱਟ ਖੋਹ ਦੀ ਘਟਨਾ। ਪਰ ਹੁਣ ਦੱਸ ਦਈਏ ਕਿ ਜਿੱਥੇ ਲੁੱਟ ਖੋਹ ਦੇ ਐਂਗਲ ਤੋਂ ਇਸ ਸਾਰੀ ਵਾਰਦਾਤ ਨੂੰ ਟਰੇਸ ਕੀਤਾ ਜਾ ਰਿਹਾ, ਉੱਥੇ ਹੋਰ ਵੱਖ ਵੱਖ ਐਂਗਲਾਂ ਤੋਂ ਪੁਲਿਸ ਨੇ ਜਿਹੜੀ ਆ ਆਪਦੀ ਤਫਤੀਸ਼ ਸ਼ੁਰੂ ਕਰ ਦਿੱਤੀ ਆ। ਫਿਲਹਾਲ ਅਸੀਂ ਕਹਿ ਦਈਏ ਕਿ ਪੁਲਿਸ ਅਧਿਕਾਰੀ ਦਾ ਕਿਸੇ ਦਾ ਇਸ ਮਾਮਲੇ ਦੇ ਵਿੱਚ ਬਿਆਨ ਨਹੀਂ ਆਇਆ ਕਿ ਆਖਿਰ ਘਟਨਾ ਕੀ ਹੋਈ ਸੀ, ਕਿਸ ਤਰ੍ਹਾਂ ਹੋਈ, ਔਰ ਕਿਵੇਂ ਜਿਹੜਾ ਲਖਵੀਰ ਸਿੰਘ ਨਾਮ ਦਾ ਇਹ ਸ਼ਖਸ ਜੋ ਆਪਣੇ ਬੇਟੇ ਪਿਆਰਜੀਤ ਸਿੰਘ ਨਾਲ ਜਾ ਰਿਹਾ ਸੀ ਉਸਦੀ ਮੌਤ ਹੁੰਦੀ ਆ। ਪੁਲਿਸ ਵੱਖ ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਆ ਆਸੇ ਪਾਸੇ ਦੇ, ਕਿਉਂਕਿ ਉਹ ਲਿੰਕ ਰੋਡ ਸੀ ਤਾਂ ਮੇਨ ਰੋਡ 'ਤੇ ਅੱਗੇ ਜਾ ਕੇ ਮੁਕਤਸਰ ਕੋਟਪੁਰਾ ਰੋਡ ਦੇ CCTV ਖੰਗਾਲੇ ਜਾ ਰਹੇ ਨੇ, ਫੋਨ ਜਿਹੜੇ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ। ਵਾਰਦਾਤ ਦੇ ਸਮੇਂ ਆਸੇ ਪਾਸੇ ਹੋਰ ਜਿਹੜੀਆਂ ਲੋਕ ਨੇ ਜਾਂ ਖੇਤ ਨੇ ਜਿਨ੍ਹਾਂ ਦੇ, ਉੱਥੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਥਾਣਾ ਬਰੀਵਾਲਾ ਅਧੀਨ, ਕਿਉਂਕਿ ਇਹ ਮਾਮਲਾ ਪੈਂਦਾ ਤਾਂ ਥਾਣੀ ਬਰੀਵਾਲੇ ਦੇ ਵਿੱਚ, ਵੱਖ ਵੱਖ ਪੁਲਿਸ ਅਧਿਕਾਰੀਆਂ ਦਾ ਉਦੋਂ ਤੋਂ ਹੀ ਲੈ ਕੇ ਕਰੀਬ ਕਰੀਬ ਜੇ ਅਸੀਂ ਦੇਖੀਏ ਤਾਂ 8 ਤੋਂ 9 ਘੰਟੇ ਹੋ ਚੁੱਕੇ ਆ, ਲਗਾਤਾਰ ਆਉਣਾ ਜਾਣਾ ਸ਼ੁਰੂ ਹੈ। ਮੌਕੇ ਦਾ ਕੋਈ ਜੇਕਰ ਅਸੀਂ ਕਹੀਏ ਗਵਾਹ ਉਸ ਸਮੇਂ, ਤਾਂ ਉਹ ਸਿਰਫ ਪਿਆਰਜੀਤ ਜੋ ਆਪਣੇ ਜਿਹੜੇ ਪਿਤਾ ਦੇ ਨਾਲ ਸੀ ਉਸ ਤੋਂ ਇਲਾਵਾ ਕੋਈ ਨਹੀਂ। ਸੋ ਪੁੱਛਗਿੱਛ ਜਿਹੜੀ ਉਹ ਲਗਾਤਾਰ ਜਾ ਰਹੀ ਆ, ਵੱਖ ਵੱਖ ਐਂਗਲ ਜਿਹੜੇ ਨੇ ਉਹ ਖੰਗਾਲੇ ਜਾ ਰਹੇ ਨੇ। ਆਖਿਰ ਕੀ ਘਟਨਾ ਦਾ ਕਾਰਨ ਨਿਕਲਦਾ, ਕੀ ਐਂਗਲ ਨਿਕਲਦਾ, ਕਿਵੇਂ ਇਹ ਘਟਨਾ ਵਾਪਰੀ, ਉਮੀਦ ਹੈ ਕਿ ਅੱਜ ਸ਼ਾਮ ਤੱਕ ਪੁਲਿਸ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਖੁਲਾਸੇ ਕਰ ਸਕਦੀ ਹੈ। ਪਰ ਫਿਲਹਾਲ ਨਾ ਤਾਂ ਪਰਿਵਾਰਕ ਮੈਂਬਰ ਇਸ ਮਾਮਲੇ ਦੇ ਵਿੱਚ ਕੁਝ ਕਹਿਣ ਨੂੰ ਤਿਆਰ ਨੇ ਅਤੇ ਨਾ ਹੀ ਪੁਲਿਸ ਵੱਲੋਂ ਅਜੇ ਕੁਝ ਕਿਹਾ ਜਾ ਰਿਹਾ ਹੈ। ਨਿਊਜ਼ 18 ਲਈ ਕੁਲਦੀਪ ਸਿੰਘ ਰਿਨੀ, ਥਾਣਾ ਬਰੀਵਾਲਾ, ਸ਼੍ਰੀ ਮੁਕਤਸਰ ਸਾਹਿਬ।